ਦੇਖੋ ਅੱਜ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਮੇਰੀ ਐਸ ਬਤੌਰ ਡੀ ਸੀ ਨਿਯੁਕਤੀ ਹੋਈ ਹੈ ਅਤੇ ਮੈਂ ਚਾਰਜ ਸੰਭਾਲਿਆ ਹੈ। ਅਤੇ ਸ਼ਹੀਦ ਭਗਤ ਸਿੰਘ ਨਗਰ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਨਮ ਸਥਾਨ ਦੇ ਨਾਲ ਸੰਬੰਧਿਤ ਹੈ ਅਤੇ ਮੈਂ ਇਸ ਤੋਂ ਪਹਿਲਾਂ ਫਿਰੋਜ਼ਪੁਰੋਂ ਆਇਆ ਹਾਂ ਜਿੱਥੇ ਸ਼ਹੀਦ ਭਗਤ ਸਿੰਘ ਜੀ ਦੀ ਸਮਾਧ ਹੈ। ਅਤੇ ਅਸੀਂ ਉੱਥੇ ਵੀ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਅਤੇ ਮੈਂ ਆਪਣੇ ਨੂੰ ਬਹੁਤ ਭਾਗਸ਼ਾਲੀ ਸਮਝਦਾ ਹਾਂ ਵੀ ਅੱਜ ਸ਼ਹੀਦ ਭਗਤ ਸਿੰਘ ਨਗਰ ਵਿੱਚ ਆ ਕੇ ਮੈਨੂੰ ਮੌਕਾ ਮਿਲਿਆ ਕਿ ਅਸੀਂ ਸਰਦਾਰ ਸ਼ਹੀਦ ਭਗਤ ਸਿੰਘ ਦੀ ਸੋਚ ਹੈ ਜਿਹੜੀ ਉਹਨਾਂ ਨੇ ਆਪਣੇ ਦੇਸ਼ ਨੂੰ ਆਜ਼ਾਦੀ ਦਿਵਾਉਣ ਦੇ ਵਾਸਤੇ ਕੁਰਬਾਨੀ ਦਿੱਤੀ ਬਹੁਤ ਹੀ ਯੰਗ ਏਜ ਦੇ ਵਿੱਚ, ਉਸੇ ਸੋਚ ਨੂੰ ਅਸੀਂ ਲੋਕਾਂ ਤੱਕ ਪਹੁੰਚਾਉਣਾ ਹੈ। ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਹਰ ਇੱਕ ਸਮਾਜ ਦੇ ਵਰਗ ਇੱਕੋ ਜਿਹੀ ਤਰੱਕੀ ਹੋਵੇ, ਕੋਈ ਜਾਤ ਪਾਤ, ਕੋਈ ਧਰਮ ਕਿਸੇ ਤਰ੍ਹਾਂ ਦੇ ਬੇਸ 'ਤੇ ਕਿਸੇ ਵਿਅਕਤੀ ਨੂੰ ਨਾ ਜਾਣਿਆ ਜਾਵੇ। ਅਤੇ ਉਹੀ ਸੋਚ ਨੂੰ ਅਸੀਂ ਵੇਖਦੇ ਹੋਏ ਅਸੀਂ ਕੋਸ਼ਿਸ਼ ਕਰਾਂਗੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਆਵਾਜ਼, ਉਹਨਾਂ ਦੀ ਸੋਚ ਲੋਕਾਂ ਤੱਕ ਪਹੁੰਚੇ ਤਾਂ ਕਿ ਕਿਸੇ ਇਹੋ ਜਿਹੇ ਸਮਾਜ ਦੀ ਉਸਾਰੀ ਕਰ ਸਕੀਏ ਜਿਸ 'ਚ ਸਾਰੇ ਵਿਅਕਤੀ ਇੱਕੋ ਜਿਹੇ ਜਿਹੇ ਹੋਣ, ਕੋਈ ਨਾ ਬਰਾਬਰਤਾ ਨਾ ਹੋਵੇ, ਇੱਕ ਵਿਕਸਿਤ ਸਮਾਜ ਦੀ ਅਸੀਂ ਉਸਾਰੀ ਕਰ ਸਕੀਏ। ਦੇਖੋ ਇਹ ਮੈਨੂੰ ਜਿਹੜੀ ਥੋੜ੍ਹੀ ਸਮੱਸਿਆਵਾਂ ਦੱਸੀਆਂ ਨੇ, ਲੈਟ ਮੀ ਚੈੱਕ ਕਿੱਥੇ ਕੀ ਪ੍ਰੋਬਲਮ ਹੈਗੀ ਆ, ਕਿੱਥੇ ਸੜਕਾਂ ਦੀ ਇਨਕਰੋਚਮੈਂਟ ਹੈ, ਕਿੱਥੇ ਸੜਕਾਂ ਨੂੰ ਬਣਾਉਣ ਦੀ ਜ਼ਰੂਰਤ ਹੈ ਅਤੇ ਕਿੱਥੇ ਕੋਈ ਰੇਟ ਮਾਫੀਆ ਹੈ, ਉਹ ਲੈਟ ਮੀ ਸਟੱਡੀ, ਫਿਰ ਜੋ ਕਾਨੂੰਨ ਦੇ ਮੁਤਾਬਿਕ ਹੈ ਉਹ ਕਾਰਵਾਈ ਜ਼ਰੂਰ ਕੀਤੀ ਜਾਏਗੀ। ਸਰ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਿੰਡ ਦੀ ਗੱਲ ਵੀ ਹੁੰਦੀ ਹੈ, ਲੇਕਿਨ ਪਿੰਡ ਦਾ ਵਿਕਾਸ ਅਜੇ ਤੱਕ ਹੋਇਆ ਨਹੀਂ। ਪੰਚਾਇਤਾਂ ਬਹੁਤ ਵਾਰ ਸੰਬੰਧਿਤ ਦਫ਼ਤਰਾਂ ਦੇ ਵਿੱਚ ਮਿਲਦੀਆਂ, ਲੇਕਿਨ ਮਸਲੇ ਦੇਖੋ ਤੁਸੀਂ ਹੁਣ ਦੱਸਿਆ, ਮੇਰਾ ਪਹਿਲਾ ਦਿਨ ਹੈਗਾ, ਮੈਂ ਕੋਸ਼ਿਸ਼ ਕਰਾਂਗਾ ਵੀ ਕੀ ਸਮੱਸਿਆਵਾਂ ਹੈਗੀਆਂ ਨੇ ਜਿਹੜੀ ਪੰਚਾਇਤ ਨੇ ਪਹਿਲਾਂ ਅਫਸਰ ਸਾਹਿਬਾਨ ਨੂੰ ਦਿੱਤੀਆਂ ਨੇ। ਅਤੇ ਮੈਂ ਯਕੀਨ ਨਾਲ ਕਹਿ ਸਕਦਾ ਵੀ ਸਰਦਾਰ ਭਗਤ ਸਿੰਘ ਦਾ ਜਿਹੜਾ ਪਿੰਡ ਹੈਗਾ ਉਹਨਾਂ ਦੀ ਜਿਹੜੀ ਸਮੱਸਿਆਵਾਂ ਉਹ ਅਸੀਂ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ।